ਲੁਧਿਆਣਾ ਦੇ ਨਿਊ ਸ਼ਿਵਾਜੀ ਨਗਰ 'ਚ ਇੱਕ ਘਰ 'ਤੇ ਹੋਏ ਹਮਲੇ ਦਾ CCTV ਫੁਟੇਜ ਸਾਹਮਣੇ ਆਇਆ ਹੈ, ਜਿਸ ਵਿੱਚ ਕੁਝ ਲੋਕ ਘਰ 'ਚ ਰਹਿਣ ਵਾਲਿਆਂ 'ਤੇ ਧੱਕਾ ਮੁੱਕੀ ਕਰਦੇ ਨਜ਼ਰ ਆ ਰਹੇ ਨੇ, ਜਦਕਿ ਪੁਲਿਸ ਹਮਲਾਵਰਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਲੜਕੇ ਦੇ ਪਰਿਵਾਰ ਵਾਲਿਆਂ ਦਾ ਆਰੋਪ ਹੈ ਕਿ ਲੜਕੀ ਦੇ ਪਰਿਵਾਰ ਵੱਲੋਂ ਉਹਨਾਂ 'ਤੇ ਹਮਲਾ ਕੀਤਾ ਗਿਆ ਅਤੇ ਧੱਕਾ ਮੁੱਕੀ ਕੀਤੀ ਗਈ। ਪੁਲਿਸ ਮੌਕੇ 'ਤੇ ਨਾ ਪਹੁੰਚਦੀ ਤਾਂ ਹਾਲਾਤ ਵਿਗੜ ਸਕਦੇ ਸੀ। ਮੇਰੇ ਸੋਹਰਾ ਰਜੇਸ਼ਪਾਲ ਸ਼ਾਹ ਉਹ ਪਿੰਕੀ, ਅਨੁਪਮ ਸ਼ਾਹ, ਪਾਰਸ ਸ਼ਾਹ ਅਤੇ ਮੋਂਟੂ ਗੋਲਡੀ ਅਤੇ ਮਨੀਸ਼ ਸਬਲੋਕ, ਪ੍ਰੀਆ ਸਬਲੋਕ, ਇਹ ਸਾਰੇ ਮਿਲ ਕੇ ਮੈਨੂੰ ਟੋਰਚਰ ਕਰਦੇ ਆ ਅਤੇ ਮੇਰੀ ਵਾਈਫ ਵੀ ਨਾਲ ਆ ਇਹਨਾਂ ਦੇ, ਉਹ ਸਾਰੇ ਮੈਨੂੰ ਦਬਾਉਣਾ ਚਾਹੁੰਦੇ ਆ, ਮੇਰੇ ਤੋਂ ਹਰ ਇੱਕ ਦੇ ਜ਼ੋਰ 'ਤੇ ਮੇਰੇ ਗਲੇ ਫੜ ਫੜ ਕੇ ਹਰ ਇੱਛਾ ਪੂਰੀ ਕਰਾਉਂਦੇ ਆ ਵੀ ਤੂੰ ਸਾਡੀ ਕੁੜੀ ਨੂੰ ਇਹ ਲੈ ਕੇ ਦਿੰਦਾ ਕਿ ਨਹੀਂ। ਬਹੁਤ ਮੇਰੇ ਨਾਲ ਜ਼ਬਰਦਸਤੀ ਕਰਦੇ ਨੇ ਅਤੇ ਮੈਨੂੰ ਕਹਿੰਦੇ ਤੈਨੂੰ ਜਾਨੋਂ ਮਾਰ ਦਾਂਗੇ। ਮੇਰੇ ਸਾਲਿਆਂ ਦੀ, ਗੋਲਡੀ ਦੀ, ਮੋਂਟੂ ਦੀ, ਅਤੇ ਇਹ ਸਾਰੇ ਮੈਨੂੰ ਧਮਕੀ ਦਿੰਦੇ ਆ, ਤੇਰੇ 'ਤੇ 1 ਕਰੋੜ ਲਾ ਕੇ ਤੈਨੂੰ ਜਾਨੋਂ ਮਾਰ ਦਾਂਗੇ ਜੇ ਤੂੰ ਸਾਡੀ ਕੁੜੀ ਨੂੰ ਕੁਛ ਕਿਹਾ। ਅਤੇ ਪਹਿਲੇ ਇਹਨਾਂ ਦੀ ਕੁੜੀ ਮੈਨੂੰ ਬੈਲਟਾਂ ਮਾਰਦੀ ਹੈ, ਮੇਰੇ ਸੋਹਰਾ, ਮੇਰੇ ਸਾਲੇ, ਇਹ ਸਾਰਿਆਂ ਨੇ, ਮਨੀਸ਼ ਸਬਲੋਕ, ਪ੍ਰੀਆ ਸਬਲੋਕ, ਅਨੁਪਮ ਸ਼ਾਹ, ਪਾਰਸ ਸ਼ਾਹ ਅਤੇ ਪਿੰਕੀ, ਰਜੇਸ਼ਪਾਲ ਸ਼ਾਹ, ਅਤੇ ਇਹ ਸਾਰਿਆਂ ਨੇ ਉਹਨੂੰ ਸਿਖਾਇਆ ਹੋਇਆ ਵੀ ਤੂੰ ਇਹਨੂੰ ਦੱਬ ਕੇ ਰਹਿ, ਗੱਲ 'ਤੇ ਇਹਦਾ ਗਲਾ ਫੜ ਲਿਆ ਕਰ, ਜੇ ਇਹ ਤੇਰੀ ਕੋਈ ਗੱਲ ਨਾ ਮੰਨੇ ਤੂੰ ਆਪਣੇ ਆਪ ਨੂੰ ਫਾਂਸੀ ਲਾਉਣ ਦੀ ਕੋਸ਼ਿਸ਼ ਕਰਿਆ ਕਰ, ਆਪਣੇ ਚਾਕੂ ਮਾਰ ਲਿਆ ਕਰ। ਅਤੇ ਇਹ ਮੈਨੂੰ ਹਰ ਗੱਲ 'ਤੇ ਕੋਈ ਵੀ ਚੀਜ਼ ਲੈਣੀ ਹੋਵੇ ਮੈਨੂੰ ਧਮਕੀਆਂ ਦਿੰਦੀ ਆ, ਮੇਰਾ ਗਲਾ ਫੜ ਲੈਂਦੀ ਆ, ਮੇਰੇ ਵਾਲ ਪੁੱਟਦੀ ਆ। ਪੰਜਾਬ ਪੁਲਿਸ ਉਸ ਦਿਨ, ਜਿਸ ਦਿਨ ਸਾਨੂੰ ਜਾਨੋਂ ਮਾਰਨ ਦੀ ਧਮਕੀਆਂ ਨੇ ਦਿੱਤੀਆਂ ਹੀ ਸੀ, ਨਾਲ ਹੀ 50-60 ਬੰਦੇ ਪੂਰਾ ਜਾਨੀ ਹਮਲਾ ਕਰਨ ਦੇ ਤੌਰ 'ਤੇ ਆਏ ਅਤੇ ਸਾਡੇ 'ਤੇ ਪੱਥਰ ਮਾਰੇ। 50 ਪੁਲਿਸ ਹਾਜ਼ਰ ਸੀਗੀ, ਕੁਦਰਤੀ ਰੱਬ ਦਾ ਸ਼ੁਕਰ ਹੈ ਜੀ, ਅਤੇ ਉਹਨਾਂ ਨੇ ਸਾਨੂੰ ਬਚਾਇਆ, ਪੰਜਾਬ ਪੁਲਿਸ ਨੇ ਸਾਨੂੰ ਬਚਾਇਆ, ਨਹੀਂ ਤਾਂ ਉਹਨਾਂ ਨੇ ਸਾਨੂੰ ਮਾਰ ਕੇ ਹੀ ਜਾਣਾ ਸੀ। ਠੀਕ। ਅਤੇ ਹਰ ਵਾਰੀ ਪਿੰਕੀ ਸ਼ਾਹ ਉਹਨੂੰ ਸ਼ਹਿ ਦਿੰਦਾ, ਤੂੰ ਮਾਰ ਲਾ ਕੁੜੀ, ਜਿੰਨਾ ਪੈਸਾ ਲੱਗੇਗਾ ਮੈਂ ਇਹਨਾਂ 'ਤੇ ਲਾ ਦੂੰਗਾ, ਤੂੰ ਮਾਰ ਦੇ ਇਹਨਾਂ ਨੂੰ। ਉੱਥੇ ਇਸ ਮਾਮਲੇ ਵਿੱਚ ਪੁਲਿਸ ਚੌਕੀ ਧਰਮਪੁਰਾ ਦੇ ਇੰਚਾਰਜ ASI ਬਲੌਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੇ ਦੋਨਾਂ ਪੱਖਾਂ ਨੂੰ 3 ਅਪ੍ਰੈਲ ਨੂੰ ਬੁਲਾਇਆ ਹੈ, ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਮੁਲਾਜ਼ਮ ਦੱਸਣ ਮੁਤਾਬਕ ਸੀ ਜੋ ਆਏ ਸੀ ਉਦੋਂ, ਮਤਲਬ ਉਹਨਾਂ ਦਾ ਸਸਪੈਂਡ, ਉਸ ਤੋਂ ਬਾਅਦ ਸ਼ਾਮ ਨੂੰ ਲੜਕੀ ਨਾਲ ਫਿਰ ਕਿਤੇ ਕੁੱਟਮਾਰ ਹੋਈ ਜਾਂ ਉਹਨਾਂ ਦਾ ਆਪਸ ਝਗੜਾ ਹੋਇਆ, ਉਹਦੇ ਦੌਰਾਨ ਲੜਕੀ ਨੇ ਆਪਣੇ ਮਾਂ ਪਿਓ ਨੂੰ ਫੋਨ ਕਰਤਾ, ਉਹਦੇ ਮਾਂ ਪਿਓ ਵੀ ਮੇਰੀ ਕੁੱਟਮਾਰ ਹੋ ਰਹੀ ਆ, ਇਹ ਹੋ ਰਹੀ ਆ, ਇਹ ਇੱਕ ਹੁੰਦਾ ਹੀ ਆ ਜਦੋਂ ਕੋਈ ਲੜਕੀ ਘਰ ਫੋਨ ਕਰਦੀ ਆ, ਜਿਹੜਾ ਬੰਦਾ ਫੋਨ ਸੁਣਨ ਵਾਲਾ ਹੁੰਦਾ ਉਹ ਹੈਪਰ ਹੋ ਜਾਂਦਾ, ਅਗਲਾ ਕਹਿੰਦਾ ਪਤਾ ਨਹੀਂ ਕੀ ਹੋ ਗਿਆ ਕੀ ਨਹੀਂ ਹੋਇਆ। ਉੱਥੇ ਪਹੁੰਚੇ ਤਾਂ ਚਲੋ ਇਹਨਾਂ ਦਾ ਆਪਸ ਝਗੜਾ ਹੋਇਆ, ਨੋਰਮਲ ਝਗੜਾ ਹੋਇਆ, ਸੱਟਾਂ ਵੀ ਨੋਰਮਲ ਹੀ ਨੇ। ਉਹਦੇ ਦੌਰਾਨ ਕੁਛ ਉਹ ਕੁੜੀ ਦੇ ਵੀ ਲੱਗੀ ਥੋੜ੍ਹੀ ਕਾਣੀ, ਉਹਦੇ ਨੰਦ ਦੇ ਵੀ ਲੱਗੀ, ਸਹੁਰੇ ਦੇ ਵੀ ਥੋੜ੍ਹੀ ਜਿਹੀ ਚੋਟ ਆਈ ਸੀ। ਉਹਦੇ ਦੌਰਾਨ ਦੋਨੇ ਪਾਰਟੀਆਂ ਚੌਂਕੀ ਆ ਗਈਆਂ 20 ਤਰੀਕ ਨੂੰ, ਉਹਦੇ ਨਾਲ ਦੋਨੇ ਪਾਰਟੀਆਂ ਦੇ ਮੋਹਤਰ ਬੰਦੇ ਵੀ ਸੀ। ਅਸੀਂ ਉਹਨਾਂ ਨੂੰ ਕਿਹਾ ਵੀ ਦੱਸੋ ਕੀ ਕਾਰਵਾਈ ਕਰਾਉਣੀ ਆ, ਅਸੀਂ ਤੁਹਾਡੇ ਲਈ ਤਿਆਰ ਹਾਂ। ਉਸ ਤੋਂ ਬਾਅਦ ਉਹ ਦੋਨੇ ਪਾਰਟੀਆਂ ਨੇ ਸਹਿਮਤੀ ਨਾਲ ਇੱਕ ਲਿਖਤ ਕੀਤੀ, ਜਿਹੜਾ 3 ਤਰੀਕ ਤੱਕ ਸਮਾਂ ਲੈ ਕੇ ਉਹ ਵਾਪਸ ਲਈ, ਅਸੀਂ 3 ਤਰੀਕ ਨੂੰ ਰਿਸ਼ਤੇ ਨਾਲ ਆਵਾਂਗੇ ਹਾਂ, ਜੋ ਹੋਇਆ ਉਹ ਅਸੀਂ ਉਹਦੇ ਮੁਕਾਬਲੇ ਕਰ ਲਈ। ਬਿਊਰੋ ਰਿਪੋਰਟ, ਲੁਧਿਆਣਾ ਵਿਊ।